crash हो जाता हूँ. On there. I hate in figure. मेनू ना थकावट बड़ी हो गई. एक घंटा कितने चली जावा मेरी तो बस हो जाती है भाई. वह तो है मम्मी. ए करो फिर तुम आराम ही कर लो. कुछ आराम तो मैं बाद करो. मैं तो तेरे एक गल करनी है पहला. हाँ जी मम्मी की गल करनी सी. देव जी भूआ ने की दिता फतेह नू? मेनू तो पता ही नहीं लग्या. फतेह नू कुछ भी नहीं दिता. नहीं मैं शगन की गल कर दी. नहीं मम्मी शगन भी नहीं दिता. मैं कहा कि तेन देता होगा शगन. मैं इधर उधर होगी. जब तक मेरे अर्गी देंगे जब तक झट फाड़ लेंगे. जब आपकी बारी आई तो मुठी मीच ली. ओ चल छो मम्मी. एने कभी छो कला कला मेरा पोता मेरे कहा पांच सत्त ने. और मेरे अर्गी ने आए गेड़े शगन दे के तोरिया. खाली हाथ नहीं मोड़ा करे. ओ मम्मी ये सुभा सुभा की गल होंगी. हूं हर किसी का सुभा थोड़े अर्गा थोड़ी है. जब आप किया हो हरमिंदर सामने वाला चुप बट लवे ना फिर गुस्सा तो आंदा ही है पुत. वह तो है मम्मी. कोई लैन देन का भुखा नहीं होंगे. यह तो एक मान तान की गल होंगी. जब आप शगन देने अपने भी तो होंगे भी साढ़े जवाक न भी कोई शगन दूगा. शगन का मम्मी बनता सगा. फतेह भूआ के घर पहली बार गया सी. गल ओ नहीं हैगी. सौ दो सौ ना सर महल पा लेना. पर बंदा बंदे सियाना कर दिंदा. ओ चलो छोड़ो मम्मी. तुसी कदे अपना खून सुकाई जाने उन्हें पिछे. उन्होंने ना अपना ना आप ही बंद किया. रब रखता सारा कुछ अपने को. लोड़ नहीं उन्हें दिखाई हुई चीजा की. ਉਹ ਗੱਲ ਤਾਂ ਸਹੀ ਆ ਪੁੱਤ. ਪਰ ਮੈਨੂੰ ਦੁੱਖ ਬਹੁਤ ਹੋਇਆ. 200 ਰੁਪਇਆ ਵੀ ਨਹੀਂ ਮੇਰੇ ਪੋਤੇ ਨੂੰ. ਜਦ ਮੇਰੇ ਵਰਗੀ ਸ਼ਗਨ ਦਿੰਦੀ ਸੀ ਝੂਠੇ ਮੂੰਹ ਨਹੀਂ ਕਦੇ ਕਿਹਾ ਵੀ ਨਾ ਦੇ. ਉਹ ਐਂ ਆ ਮੰਮੀ ਲੈਣ ਵਾਲੀ ਬੰਦਾ ਕੁਛ ਹੋਰ ਹੁੰਦਾ ਤੇ ਦੇਣ ਵਾਲੀ ਕੁਛ ਹੋਰ ਹੁੰਦਾ. ਹੁਣ ਤੁਸੀਂ ਬੈਠੋ ਮੈਂ ਘੁੱਟ ਕੇ ਚਾਹ ਬਣਾ ਲਿਆ ਮਾਂ. ਤੁਸੀਂ ਇੱਥੇ ਖੜੇ ਕੀ ਕਰਦੇ ਹੋ? ਮੈਂ ਤਾਂ ਜਿਹੜਾ ਕੁਛ ਕਰਦਾ ਕਰਦਾ ਤੁਹਾਡੀਆਂ ਚੁਗਲੀਆਂ ਸੁਣਦਾ. ਮੈਂ ਫਿਰ ਅੰਦਰ ਆ ਕੇ ਸੁਣਨਾ ਸੀ ਕਿਹੜਾ ਤੇਰੇ ਪਿੱਠ ਪਿੱਛੇ ਗੱਲਾਂ ਕਰਦੀਆਂ ਸੀ. ਬੱਲੇ ਉਹ ਤੁਹਾਡੇ ਕਿਵੇਂ ਸੱਸਾਂ ਨੂੰ ਹਾਂ ਦੋਨੇ ਜਣੀਆਂ ਆਪਸ ਦੇ ਵਿੱਚ ਚੁਗਲੀਆਂ ਵੱਢਣ ਲੱਗੀਆਂ ਹੋਈਆਂ. ਨਾ ਕਿਸੇ ਦੇ ਘਰੇ ਜਾ ਕੇ ਆਇਆ ਹੋ ਇਹ ਤਾਂ ਕਮ ਸੇ ਕਮ ਖਿਆਲ ਕਰ ਲਓ. ਨਾ ਇਹਦੇ ਚ ਚੁਗਲੀ ਕੀ ਆ? ਅਸੀਂ ਤਾਂ ਗੱਲਾਂ ਕਰ ਰਹੀਆਂ ਸੀ. ਉਹ ਤਾਂ ਮੈਂ ਸੁਣੀ ਲਿਆ ਵੀ ਕੀ ਗੱਲਾਂ ਕਰਦੇ ਸੀ. 100-200 ਦੇ ਨਾਲ ਤੁਸੀਂ ਕਿਹੜਾ ਮਹਿਲ ਪਾ ਲੈਣਾ? ਜੇ ਦਿੱਤੇ ਹੋਏ ਸੀ ਤਾਂ ਹੀ ਉਮੀਦ ਰੱਖੀ ਆ. ਮਾੜੇ ਦੇ ਲਾੜੀ ਨੇ ਰੁਪਈਆ ਨਹੀਂ ਕੱਢਿਆ. ਉਹ ਬਾ ਮਾਤਾ ਤੁਹਾਡਾ ਬੜਾ ਯਾਰ ਪੁੱਠਾ ਜਿਹਾ ਹਿਸਾਬ ਆ. ਜੇ ਕਿਸੇ ਨੇ ਦੇਤੇ ਵਾਪਸ ਤਾਂ ਇਹਦਾ ਮਤਲਬ ਆ ਵੀ ਉਹ ਚੰਗਾ. ਜੇ ਨਾ ਵਾਪਸ ਦਿੱਤੇ ਤਾਂ ਉਹ ਮਾੜਾ. ਇੱਕ ਪਾਸੇ ਤਾਂ ਕਹਿੰਦਾ ਮਾਨਤਾ ਆਣਾ ਤੇ ਦੂਜੇ ਪਾਸੇ ਕੀ? ਦੂਜੇ ਪਾਸੇ ਤਾਂ ਗੱਲ ਨੂੰ ਹੋਰ ਪਾਸੇ ਲੈ ਜਾਣਾ. ਤੈਨੂੰ ਘਰ ਦਾ ਬੰਦਾ ਮਾੜਾ ਲੱਗਾ ਤੇ ਬਾਹਰਲਾ ਬੰਦਾ ਚੰਗਾ ਲੱਗਣਾ. ਕਿਉਂ ਤੁਸੀਂ ਮੇਰੇ ਦੁਸ਼ਮਣ ਜਿਹੜੇ ਮੈਨੂੰ ਗਲਤ ਲੱਗੋਗੇ? ਉਹ ਗੱਲ ਘਰ ਦੇ ਜਾਂ ਬਾਹਰ ਦੇ ਦੀ ਨਹੀਂ ਹੁੰਦੀ. ਗੱਲ ਹੁੰਦੀ ਆ ਸਹੀ ਜਾਂ ਗਲਤ ਦੀ. ਇਹਦਾ ਮਤਲਬ ਇਹ ਹੋਇਆ ਵੀ ਜੇ ਤੁਸੀਂ ਕਿਸੇ ਨੂੰ ਗਿਫਟ ਦਿੰਦੇ ਹੋ, ਸ਼ਗਨ ਦਿੰਦੇ ਹੋ ਜਾਂ ਕੱਪੜਾ ਲੀੜਾ ਦਿੰਦੇ ਹੋ, ਤੁਹਾਡੀਆਂ ਪਹਿਲਾਂ ਹੀ ਉਮੀਦਾਂ ਲੱਗੀਆਂ ਹੁੰਦੀਆਂ ਨੇਗੀਆਂ ਵੀ ਹਾਂ ਇਹਦਾ ਸਾਡਾ ਵਾਪਸ ਆ ਜਾਣਾ. ਉਹ ਤੁਸੀਂ ਕਿਸੇ ਪਾਸੇ ਵੀ ਰਿਸ਼ਤੇਦਾਰ ਨੂੰ ਨਹੀਂ ਛੱਡਦੇ. ਜੇ ਅਗਲਾ ਔਖਾ ਸੌਖਾ ਹੋ ਕੇ ਦੇ ਵੀ ਦਿੰਦਾ ਫਿਰ ਤੁਸੀਂ ਸੌ ਨਗੋਚਾ ਕੱਢਦੇ ਹੋ. ਆਹ ਕੀ ਦਿੱਤਾ? ਜਿਹੋ ਜਿਹਾ ਮੈਂ ਦਿੱਤਾ ਸੀ ਉਹ ਜਿਹਾ ਦਿੱਤਾ ਨਹੀਂ. ਇਹ ਜੇ ਅਗਲਾ ਨਾ ਦੇਵੇ ਤਾਂ ਨਤੀਜਾ ਤੁਹਾਡੇ ਸਾਹਮਣੇ ਹੀ ਆ. ਫਿਰ ਚੁਗਲੀਆਂ ਵੱਢਣ ਲੱਗ ਜਾਂਦੇ ਹੋ. ਇਹਦੇ ਨਾਲ ਵਧੀਆ ਜਾਇਜ ਨਾ ਕਰੋ ਅਗਲੇ ਨੂੰ. ਨਾ ਲਿਆ ਕਰੋ. ਲੈਣ ਦੇਣ ਦਾ ਸਾਰਾ ਕੰਮ ਹੀ ਚੱਕ ਦੋ. ਨਾ ਨਾ ਪੁੱਤ ਇਹ ਤਾਂ ਮਾਨਤਾਨ ਹੁੰਦਾ. ਯਾਰ ਕਿੱਦਾਂ ਦਾ ਮਾਨਤਾਨ ਆ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ. ਹਾਂ ਬੰਦੇ ਦੀ ਜੇਬ ਚੋਂ ਪੈਸੇ ਲੈਂਦੀਆਂ. ਇਹਨੇ ਨਹੀਂ ਬੋਲਿਆ ਕਿਹਾ. ਤੁਸੀਂ ਸਮਝ ਲਓ ਗੱਲ ਨੂੰ. ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਇਹ ਵੀਡੀਓ ਬਹੁਤ ਔਖੀ ਬਣਾਈ ਆ. ਇਹ ਤੁਹਾਨੂੰ ਬਲੂਪਰ 'ਚ ਪਤਾ ਲੱਗੂਗਾ ਵੀ ਇਹ ਵੀਡੀਓ ਔਖੀ ਕਿਉਂ ਆ. ਉਧਰ ਦੇਖ ਕੇ ਮਾਰਦਾ ਨਾਲੇ ਕਹਿੰਦਾ ਆਹ ਦੇਖ ਆਹ ਦੇਖ. ਕੋਈ ਫਤਿਹ ਹਟ ਜਾ. ਕੋਈ ਨਾ ਗੱਲ ਉਹ ਨਹੀਂ. 100-200 ਨਾਲ ਅਸੀਂ ਕਿਹੜਾ ਮਹਿਲ ਪਾ ਲੈਣਾ ਸੀਗਾ. ਪਰ ਬੰਦੇ ਬੰਦੇ ਨੂੰ ਸਿਆਣਾ ਕਰ ਦਿੰਦਾ. ਹੁਣ ਤੂੰ ਹਟ ਜਾ ਤੂੰ ਕਰ ਲੈਂਦੇ. ਗੱਲ ਉਹ ਨਹੀਂ ਹੈਗੀ. 100-200 ਗੱਲ ਉਹ ਨਹੀਂ ਹੈਗੀ. 100-200 ਨਾਲ ਅਸੀਂ ਕਿਹੜਾ ਮਹਿਲ ਪਾ ਲੈਣਾ ਸੀ. ਪਰ ਬੰਦਾ ਹੀ ਬੰਦੇ ਨੂੰ ਸਿਆਣਾ ਕਰ ਦਿੰਦਾ. ਫਸਾਇਓ ਮਾੜਾ ਜਿਹਾ.
ਚਲੋ ਜਿੰਨਾ ਦੇਣਾ ਸੀ ਦੇ ਲਿਆ ਹੁਣ ਨਹੀਂ ਦਿੰਦੀ ਕੁਛ ਮੈਂ ਅੱਛਾ ਜੇ ਅਗਲਾ ਦੇ ਵੀ ਦਿੰਦਾ ਹੈ ਮੈਨੂੰ ਵੀ ਆ ਗਿਆ ਯਾਰ ਤੁਸੀਂ ਕਿਸੇ ਪਾਸੇ ਵੀ ਨਹੀਂ ਰਿਸ਼ਤੇਦਾਰ ਨੂੰ ਕਰਦੇ जे अगला कोई चीज दे भी दिंदा चुप गांदा यार कर लेंगे एक लाइन बोल लेंगे एक लाइन बस 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 मैनू भी रोना आ रहा मैं नहीं रो रहा बस आ फड़ इधर ना खुश हो गया मैं प्यार नाल दे रहा ये तो बाद मैं देना नहीं गा तेनू मैं तेनू ना